देश दुनिया की हर बड़ी खबर दे हमें डाउनलोड करो नंबर 1 न्यूज ऐप दैनिक सवेरा टाइम्स। तस्वीर तेजस सिंह समुंदरी हाल दिया ने तुम मेरे पिछे देख सकते हो क्योंकि दोपहर की गल की जाए तो कुछ सिंगा इस तकरार तो बाद बंदी बना लिया गया तो हूँ तुम देख सकते हो सत्कार कमेटी के सिंह जथेबंदियां जिहड़ियां सिख जथेबंदियां ने उन्होंने सिंह जिहड़े ने हुण बाहर आ चुके ने इन्हां गेटां तो क्योंकि तुहानूं दस दईए 40 दिन तो लगातार मोर्चा लगाया गया सीगा सत्कार कमेटी और सिख जथेबंदियां वालों और लगातार मांग की जा रही थी SGPC पासों जिहड़े 328 पवन स्वरूप जिहड़े ने गायब होए ने उन्हां दे संबंध में कोई ढुकवीं कार्रवाई की जाए पर कार्रवाई ना होने बाद बीते एक महीने पहला भी टकराव होया सीगा तो हुण फिर अज टकराव होया सीगा टास्क फोर्स अते सत्कार कमेटी के दरमियान देख रहे हो तुसी देख सकते हो सिख जथेबंदियां ते सत्कार कमेटी जिहड़े कि अज हुण उन्होंने छड़ता गया वड्डी गिनती विच जिहड़े ने सिख जथेबंदियां दे नुमाइंदे SGPC वालों जिहड़े बंदे बनाए गए सीगे ते काफी समय बाद उन्होंने बाहर कढ़िया गया सुखजीत सिंह कोठा बलबीर सिंह मुछल ते होर भी कई नुमाइंदे जिहड़े कि SGPC टास्क फोर्स वालों मुर्दाबाद बंदी बनाए गए सी और उन्होंने हुण कढ़िया गया तुसी देख सकते हो वड्डी गिनती विच नुमाइंदे बाहर आ चुके ने श्रोमणी कमेटी और बड़े समय तो बाद पुलिस जिहड़ी इत्थे पहुंची सीगी जेकर पुलिस पहले पहुंच जाती तो शायद इन्ना नुकसान ना होंदा तुहानूं दस्सीए इस तकरार विच करीब करीब 6 जणे ने लोक जख्मी होए सीगे गंभीर सट्ट वज्जियां सी उन्हां नूं और तकरार जिहड़ी होई सीगी क्योंकि बड़ा लंबा समां हो गया लगातार यही मंग कीती जा रही सी जिहड़े पावन सरूप गायब होए ने उन्हां दे संबंध विच कोई ढुकवीं कार्रवाई अमल विच लैंदी जावे और जिहड़े कर्मचारी सीगे आरोपी सीगे उन्होंने खिलाफ FIR दर्ज की बावां भी तोड़ दित्तियां ਬਾਵਾਂ ਵੀ ਤੋੜ ਦਿੱਤੀਆਂ ਤੇ ਰੀਜਨਾਂ ਡਾਂਗਾਂ ਨਾਲ ਕੁੱਟ ਕੇ ਇਹਨਾਂ ਨੇ ਸਾਨੂੰ ਕਮਰਿਆਂ ਦੇ ਵਿੱਚ ਬੰਦੀ ਬਣਾ ਛੱਡਿਆ ਸਾਡੇ ਲੋਕਾਂ ਦੇ ਮੋਬਾਈਲ ਖੋਲੇ ਦਸਤਾਰਾਂ ਇਹਨਾਂ ਨੇ ਰੱਜ ਕੇ ਲਾਈਆਂ ਤੇ ਕੁੱਟਿਆ ਵੀ ਇੰਨਾ ਵਾ ਕਿ ਬਾਵਾਂ ਤੋੜ ਦਿੱਤੀਆਂ ਕਿਸੇ ਦੇ ਸਿਰ ਪਾੜ ਦਿੱਤੇ ਸਿੰਘਾਂ ਦੇ ਉੱਤੇ ਮਾਂ ਪਹਿਲੇ ਤੁਸੀਂ ਹਮਲਾ ਕੀਤਾ ਜੀ ਨਹੀਂ ਜੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਗੁਰੂ ਰਾਮਦਾਸ ਦਾ ਘਰ ਵਾ ਅਸੀਂ ਉੱਥੇ ਬੈਠੇ ਰਹੇ ਸੀ ਦਰੀਆਂ ਦੇ ਬਹਿ ਗਏ ਨਾਮ ਜਪਣ ਲੱਗ ਪਏ ਆ ਇਹ ਆਏ ਇਹਨਾਂ ਨੇ ਆਲੇ ਦੁਆਲੇ ਘੇਰਾ ਪਾ ਲਿਆ ਵਾ ਘੇਰਾ ਪਾ ਕੇ ਫਿਰ ਇਹਨਾਂ ਨੇ ਉਹ ਤਸੱਲੀਆਂ ਕੀਤੀਆਂ ਚੁੱਕ ਚੁੱਕ ਕੇ ਅੰਦਰ ਬੰਦੀ ਬਣਾ ਕੇ ਇਹਨਾਂ ਨੇ ਕੁੱਟਿਆ ਸਾਨੂੰ ਹਾਂਜੀ ਮੰਗ ਇਹ ਆ ਕਿ ਕੌਮ ਨੂੰ ਮੇਰੀ ਬੇਨਤੀ ਆ ਕਿ ਸਾਡੇ ਖੂਨ ਡੁੱਲੇ ਦੀ ਕੋਈ ਗੱਲ ਨਹੀਂ ਬਾਹਾਂ ਟੁੱਟੇ ਦੀ ਕੋਈ ਗੱਲ ਨਹੀਂ ਪਰ ਸਤਿਗੁਰਾਂ ਦੇ ਸਤਿਕਾਰ ਨੂੰ ਬਹਾਲ ਕਰਾਉਣ ਵਾਸਤੇ ਅੱਜ ਕਮਰ ਕੱਸੇ ਕਰਕੇ ਆ ਜਾਓ ਇਹ ਜਿਹੜਾ ਮੋਰਚਾ ਲੱਗੂਗਾ ਇਹ ਅੱਜ ਪ੍ਰਸ਼ਾਸਨ ਜਿਹੜਾ ਵਾ ਮਿਲੀ ਭੁਗਤੇ ਨੇ ਕੰਮ ਕੀਤਾ ਪ੍ਰਸ਼ਾਸਨ ਨੇ SP ਹਰਪਾਲ ਉੱਥੇ ਮੌਕੇ ਤੇ ਆ ਗਿਆ ਸੀ ਪਰ ਇਸ SP ਹਰਪਾਲ ਨੇ ਆਪਣਾ ਸੈਰ ਤੇ ਸਾਰਾ ਲੈ ਕੇ ਉਹਨਾਂ ਨੂੰ ਪੂਰੀ ਖੁੱਲ ਦਿੱਤੀ ਕਿਉਂਕਿ ਕੱਲ ਇਹਨਾਂ ਨੂੰ ਮਠਿਆਈ ਦੇ ਡੱਬੇ ਦਿੱਤੇ ਗਏ ਇਹਨਾਂ ਨੂੰ ਅੰਦਰ ਸੱਦ ਕੇ ADC ਨੂੰ ਤੇ ਨਾਲ ਪੁਲਿਸ ਕਮਿਸ਼ਨਰ ਨੂੰ ਤੇ ਗਨਮੈਨਾਂ ਨੂੰ ਕੱਲ ਬਰਫੀ ਦੇ ਲੱਡੂਆਂ ਦੇ ਡੱਬੇ ਦਿੱਤੇ ਸੀ ਮੈਂ ਵੀਡੀਓ ਵੀ ਬਣਾਈ ਮੇਰੇ ਕੋਲ ਫੋਟੋਆਂ ਵੀ ਹੈਗੀਆਂ ਅੱਜ ਇਹਨਾਂ ਨੇ ਪੂਰੀ ਅਤਿਆਚਾਰ ਕਰਕੇ ਸਿੰਘਾਂ ਨੂੰ ਪੂਰਾ ਐਨ
ਮੋਰਚੇ 'ਚ ਗਏ, ਜੁੱਤੀਆਂ ਪਾ ਕੇ ਗਏ। ਅਸੀਂ ਮੋਰਚੇ 'ਚ ਜੁੱਤੀਆਂ ਪਾ ਕੇ ਕਿਸੇ ਨੂੰ ਜਾਣ ਨਹੀਂ ਦਿੰਦੇ। ਕਿਉਂ ਹੋਈ ਕਾਰਵਾਈ, ਤੁਹਾਨੂੰ ਕੀ ਲੱਗਦਾ ਕਿਉਂ ਕਾਰਵਾਈ ਹੋਈ? ਇਹ ਬੜੇ ਦਿਨਾਂ ਦਾ ਪ੍ਰੋਗਰਾਮ ਬਣਾ ਰਿਹਾ ਸੀ ਕਿ ਇੱਦਾਂ ਇਹਨਾਂ ਨੇ ਉੱਠਣਾ ਨਹੀਂ ਆ, ਇਹ ਬੈਠੇ ਆ, ਇਹਨਾਂ ਨੇ ਅੱਜ ਘੱਟੋ ਘੱਟ ਜਾਂ ਡੇਢ ਜਾਣਾ ਜਾਣਾ ਜਿਹੜਾ ਟਾਸਕ ਫੋਰਸ ਦਾ ਦੂਜੇ ਗੁਰਦੁਆਰਿਆਂ ਸਾਹਿਬਾਂ ਤੋਂ ਦੂਰੋਂ ਦੂਰੋਂ ਮੰਗਾ ਕੇ ਘੇਰਾ ਪਾ ਕੇ ਅਤੇ ਪੂਰਾ ਇਹਨਾਂ ਨੇ ਚੁੱਕ ਚੁੱਕ ਕੇ ਅੰਦਰ ਫਿਰ ਅੰਦਰ ਖੜ ਕੇ ਉਹ ਡਾਂਗ ਅਤੇ ਉਹ ਕਿਰਪਾਨ ਸਿੱਧੀਆਂ ਮਾਰੀਆਂ ਇਹਨਾਂ ਨੇ। ਮੇਰੀ ਬਾਂਹ ਥੋੜ੍ਹੀ ਆ, ਮਾਰ ਮਾਰ ਕੇ ਸਿਰ 'ਤੇ ਵੀ ਆ ਅਤੇ ਆ ਪਿੰਡੇ 'ਤੇ ਵੀ ਅਤੇ ਲੱਤਾਂ 'ਤੇ ਵੀ ਬਹੁਤ ਨੇ ਮੇਰੇ ਇਕੱਲੇ 'ਤੇ ਨਹੀਂ। ਆਹ ਮਾਲ ਮੁਰਗੇ ਸਿੰਘ ਜੀ ਸਿੰਘ ਕਿੰਨੇ ਸੈਕਿੰਡ ਤੁਹਾਡੇ ਵੱਲੋਂ ਜ਼ਖਮੀ ਹੋਏ ਨੇ? ਘੱਟੋ ਘੱਟ 20-25 ਸਿੰਘ ਜ਼ਖਮੀ ਹੋਏ ਆ। ਕਿਆ ਹੁਣ ਸ਼ਿਕਾਇਤ ਕਰਨ ਜਾ ਰਹੇ ਪੁਲਿਸ ਵਿੱਚ? ਅਜੇ ਨਹੀਂ, ਪੁਲਿਸ ਨੇ ਵੇਖੋ ਜੀ, ਜੇ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਤੇ ਫਿਰ ਸਤਿਗੁਰ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੇ ਕਾਰਵਾਈ ਨਾ ਕਰ ਦਿੰਦੇ। ਅਸੀਂ ਕਿਹਾ ਕਿ ਕਾਰਵਾਈ, ਅਸੀਂ ਕਿਹਾ, ਅਸੀਂ ਕਹਿਤਾ ਵਾ ਪ੍ਰਸ਼ਾਸਨ ਨੂੰ ਕਿ ਤੁਸੀਂ ਇੱਥੋਂ ਪੀਂਦੇ ਜੇ ਜਲ ਪਾਣੀ, ਇਹਨਾਂ ਕੋਲ ਪੀਂਦੇ ਜੇ ਆਣ ਕੇ ਵਧੀਆ ਵਧੀਆ ਚੀਜ਼ਾਂ ਖਾਂਦੇ ਜੇ, ਤੁਸੀਂ ਕਾਰਵਾਈ ਸਾਡੇ 'ਤੇ ਕਰਾ ਦਿਉ, ਅਸੀਂ ਉਹਨਾਂ 'ਤੇ ਨਹੀਂ ਕਰਾਉਣੀ। ਨਹੀਂ 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 328 ਅਸੀਂ ਕਿਹਾ ਕਿ ਸਾਡੇ 'ਤੇ ਜਿਹੜੀ ਬਣਦੀ ਕਾਰਵਾਈ ਕਰ ਦਿਓ ਜੇ ਅਸੀਂ ਇੱਥੇ ਧੱਕਾਸ਼ਾਹੀ ਕੀਤੀ ਹੈ, ਗੁੰਡਾਗਰਦੀ ਕੀਤੀ ਹੈ। ਨਹੀਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ 5 ਬੰਦੇ ਦੋਸ਼ੀ ਆ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਾਦਰ ਕੀਤਾ ਵਾ, ਉਹਨਾਂ ਦੇ ਉੱਤੇ ਕਰਾਉਣੀ ਚਾਹੁੰਦੇ ਬਸ। ਸੱਟਾਂ ਲੱਗੀਆਂ ਵਾ, ਅਸੀਂ ਜਿਹੜਾ ਫੌਜਦਾਰੀ ਪਰਚਾ ਦਰਜ ਅਸੀਂ ਉਹਨਾਂ ਦੇ ਉੱਤੇ ਕਰਾਉਣਾ ਚਾਹੁੰਦੇ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ। ਹਾਂਜੀ ਹਾਂਜੀ, ਹਾਂਜੀ, ਜੇਕਰ ਸਿੰਘਾਂ ਨਾਲ ਸਲਾਹ ਕਰ ਲੈਂਦੇ ਜੀ, ਸੰਗਤ ਕੀ ਸਾਨੂੰ ਮੈਸੇਜ ਲਾਉਂਦੀ ਆ, ਉਹ ਇਕੱਲੇ ਨਹੀਂ ਅਸੀਂ ਹੈਗੇ, ਪੰਥ ਨਾਲ ਸਾਡੇ ਤੇ ਹੁਣ ਪੰਥ ਨੇ ਵੀ ਰੰਗ ਘੱਤ ਕੇ ਆ ਜਾਣਾ ਵਾ, ਅਗਲਾ ਪ੍ਰੋਗਰਾਮ ਜਿਹੜਾ ਵਾ ਉਹ ਸਾਰਿਆਂ ਨਾਲ ਸਲਾਹ ਕਰਕੇ ਜ਼ਰੂਰ ਲਓ। 41 ਦਿਨ ਅੱਜ ਹੋ ਗਏ, ਕੋਈ ਸਿੱਟਾ ਨਹੀਂ ਨਿਕਲਿਆ, ਕਿ ਹੁਣ ਮੋਰਚਾ ਅੱਗੇ ਵੀ ਜਾਰੀ? ਸਿੱਟਾ ਨਿਕਲ ਗਿਆ ਅੱਜ ਜੀ, ਜਿਹੜਾ ਕੰਮ ਕਰਨਾ ਚਾਹੁੰਦੇ ਸੀ ਇਹ ਪਹਿਲੇ ਦਿਨ ਕਰ ਦੇਣਾ ਸੀ, ਮੀਡੀਏ ਨਾਲ ਜਿੱਦਣ ਟੀਨਾਂ ਲਾਈਆਂ ਸੀਆਂ ਉਦਣ ਇਹਨਾਂ ਨੇ ਪੂਰਾ ਮੰਤਰ ਨਰਾਣੂ ਵਾਲਾ ਕੰਮ ਕੀਤਾ ਹੋਇਆ ਸੀ ਕਿ ਕੋਈ ਬਾਹਰੋਂ ਮੀਡੀਆ ਨਾ ਆਵੇ ਅਤੇ ਬਾਹਰੋਂ ਕੋਈ ਸਿੰਘ ਨਾ ਆਵੇ, ਜਿਹੜੇ ਆਏ ਨੇ 15-20 ਜਾਣੇ ਉਹਨਾਂ ਨੂੰ ਇੱਦਾਂ ਕੁੜ ਦਿਓ, ਇੱਦਾਂ ਦੀ ਤਸੱਲੀ ਕਰ ਦਿਓ, ਕਿਉਂਕਿ ਇਹਨਾਂ ਦੀ ਸਰਕਾਰੀ ਦਰਬਾਰੇ ਪਹੁੰਚ ਹੈਗੀ ਆ। ਸਾਡੇ ਨਾਲ ਉਸ ਦਿਨ ਵੀ ਹੋਣਾ ਸੀ, ਇਹ ਗੁਰੂ ਰਾਮਦਾਸ ਨੇ ਉਦੋਂ ਤਰਸ ਕਰ ਲਿਆ, ਪਰ ਅੱਜ ਇਹਨਾਂ ਨੇ ਸ਼ਰੇਆਮ ਮੇਨ ਜਿਹੜਾ ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾ ਕੋਨਾ, ਪ੍ਰਤਾਪ ਸਿੰਘ ਜੀ ਮੈਨੇਜਰ, ਇੱਦਾਂ ਦੇ ਵਿਜੇਪਾਲ ਸਿੰਘ ਜੀ ਜਿਹੜੇ ਮੇਨ ਬੰਦੇ ਸਨ, ਉਹ ਗਾੜੀ ਲੱਗੇ ਹੋਏ ਸਨ, ਪੂਰੀ ਉਹਨਾਂ ਨੇ ਗੁੰਡਾਗਰਦੀ ਕੀਤੀ, ਦਰੀਆਂ ਜਿਹੜੀਆਂ ਉਹ ਵੀ ਖਿੱਚ ਕੇ ਧੂਕੇ ਲੈ ਕੇ ਗਏ ਬੈਠਿਆਂ ਦੇ ਉੱਤੇ, ਬਾਬਾ ਜੀ ਨਾ ਸੀ, ਸ਼ਰੇਆਮ ਗੁੰਡਾਗਰਦੀ ਕਰਕੇ ਇਹਨਾਂ ਨੇ ਵਾਰ ਕੀਤੇ ਸਾਡਿਆਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਮਾ ਖਰਮਾ ਤਾਨਾ ਦਾ ਜਹਿਦਾ ਰਾਜਾ ਰਾਜ ਸਿੰਘ, ਅੱਜ ਜੋ ਇਹ ਪੰਥ ਆ, ਇਹ ਜਿਹੜਾ ਬੈਠਾ ਸੀ, ਇਹ ਕੋਈ ਆਮ ਸਿੰਘ ਨਹੀਂ ਸੀ, ਇਹ ਖਾਲਸਾ ਪੰਥ ਬੈਠਾ ਸੀਗਾ। ਪੰਥ ਦਰਦੀ ਗੁਰੂ ਗ੍ਰੰਥ ਸਾਹਿਬ ਮਹਾਂ 328 ਸਰੂਪਾਂ ਦਾ ਇਹ ਹਿਸਾਬ ਕਿਤਾਬ ਮੰਗਦਾ ਸੀ। ਅਸੀਂ ਕੀ ਲੈਣਾ, ਸਾਡੀ ਕੋਈ ਨਿੱਜੀ ਮਾਮਲਾ ਸੀ, ਸਾਡੇ ਘਰ ਦਾ ਮਾਮਲਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਾਮਲਾ ਸੀ। ਪਰ ਅੱਜ ਜੋ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਨੇ, ਆਹ ਦੇਖੋ ਮਾਰ ਮਾਰ ਸਾਡੀਆਂ ਬਾਹਾਂ ਕਿਵੇਂ ਤੋੜੀਆਂ ਨੇ, ਤੋੜਤੀਆਂ ਸਾਡੀਆਂ ਬਾਹਾਂ ਮਾਰ ਮਾਰ ਕੇ ਡਾਂਗਾ ਇਹਨਾਂ ਨੇ। ਅਸੀਂ ਇੱਕ ਵੀ ਇਹਨਾਂ ਦੇ ਕਿਸੇ ਇਹਨਾਂ ਮੁਲਾਜ਼ਮ ਦੇ ਅਸੀਂ ਡਾਂਗ ਮਾਰੀ ਹੋਵੇ, ਮੇਰਾ ਨਾਂ ਲਿਖ ਲਓ, ਤੁਸੀਂ ਦੇਖੋ ਕਿਤੇ। ਪਰ ਇਹਨਾਂ ਨੇ ਜਿਹੜਾ ਵਧੀਕੀ ਕਰੀ ਆ, ਅਸੀਂ ਇਹਨਾਂ 'ਤੇ ਕੋਈ ਪਰਚੇ ਨਹੀਂ ਦਰਜ ਕਰਾਉਣੇ, ਜੇ ਇਹਨਾਂ ਨੇ ਸਾਨੂੰ ਗੋਲੀ ਨਾਲ ਗੋਲੀ ਵੀ ਮਾਰਨੀ ਚਾਹੁੰਦੇ ਸਾਨੂੰ ਮਾਰ ਦੇਣ। ਹੁਣ ਇਹਨੂੰ ਪੰਥ ਦੇ ਕੇ ਜਿਹੜਾ ਮੈਂ ਪੰਥ ਦਰਦੀ ਜਿਹੜੇ ਜਥੇਬੰਦੀਆਂ ਹੁਣ ਉਹ ਸਾਹਮਣੇ ਇਹਨਾਂ ਨੂੰ, ਅਸੀਂ ਜਿਹੜਾ ਕੁਛ ਕਰਨਾ ਸੀ ਕਰਤਾ, ਜਿਹੜਾ ਇਹਨਾਂ ਨੇ ਸਾਡੇ ਨਾਲ ਕੁਛ ਕਰਨਾ ਸੀ ਉਹ ਕਰ ਲਿਆ। ਅਸੀਂ ਤਾਂ ਅੱਜ ਵੀ ਕੋਈ ਪਰਚਾ ਨਹੀਂ ਦਰਜ ਕਰਾਉਣਾ ਚਾਹੁੰਦੇ, ਜੇ ਪੰਥ ਕਹੂ ਜੋ ਕੁਛ ਪੰਥ ਕਹੂ ਉਹੀ ਅਸੀਂ ਮੰਨਾਂਗੇ। ਅਸੀਂ 328 ਸਰੂਪਾਂ ਦਾ ਇਹਨਾਂ ਤੋਂ ਹਿਸਾਬ ਮੰਗਦੇ ਹਾਂ, ਅੱਜ ਵੀ ਮਰਦੇ ਦਮ ਤੱਕ ਮੰਗਦੇ ਰਹਾਂਗੇ, ਚਾਹੇ ਸਾਨੂੰ ਗੋਲੀਆਂ ਮਾਰ ਦੇਣ, ਇਹ ਚਾਹੇ ਕੁਛ ਕਰ ਦੇਣ, ਜੋ ਸਾਡੀਆਂ ਬਾਹਾਂ ਤੋੜਤੀਆਂ, ਸਾਡੇ ਡਾਂਗਾਂ ਮਾਰਤੀਆਂ, ਹੋਰ ਇਹ ਨਰੈਣੂ ਮਹੰਤ ਸੀ ਜਿਹੜਾ ਉਹਨੇ ਇਕੱਲਾ ਗੁਰੂ ਘਰਾਂ ਦੇ ਉੱਤੇ ਕਬਜ਼ਾ ਕਰਿਆ ਸੀ ਸੰਗਤ ਜੀ, ਪਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 328 ਸਰੂਪ ਵੇਚਤੇ, ਫਿਰ ਇਹ ਸਿੱਖੀ ਦੇ ਲੈ ਕੌਣ ਆ, ਕੌਣ ਆ ਗੁਰਸਿੱਖ? ਮੈਂ ਪੰਥ ਨੂੰ ਪੁਕਾਰ ਕਰਦਾ, ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਨੇ, ਹੁਣ ਤੁਸੀਂ ਕਿੱਥੇ ਚਲੇ ਗਏ? ਜਿਹੜੇ ਜਥੇਬੰਦੀਆਂ ਵੱਡੇ ਵੱਡੇ ਜਥੇਦਾਰ ਨੇ, ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਕਿੱਥੇ ਗਈਆਂ? ਗੁਰੂ ਕੇ ਲਾਡਲੀਆਂ ਫੌਜਾਂ ਕਹਾਉਣ ਵਾਲੀਆਂ ਉਹ ਸਾਰੇ ਬਾਦਲ ਦੇ ਲਾਡਲੇ ਬਣ ਗਏ, ਉਹ ਸਾਰੇ ਸ਼੍ਰੋਮਣੀ ਕਮੇਟੀ ਦੇ ਲਾਡਲੇ ਬਣ ਗਏ। ਅੱਜ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਸੀਗਾ, ਸਾਨੂੰ ਮੇਲੇ ਸੋਝਦੇ ਨੇ, ਜੋੜ ਮੇਲੇ ਸਾਨੂੰ, ਦੀਵਾਲੀਆਂ ਦੁਸਹਿਰੇ ਸੋਝਦੇ ਨੇ, ਸਾਡੇ ਗੁਰੂ ਸਾਹਿਬ ਦੀ ਬੇਪਤੀ ਹੋਈ, ਗੁਰੂ ਸਾਹਿਬ ਸਾਡੇ ਗੁੰਮ ਹੋ ਗਏ, ਹਜੇ ਅਸੀਂ ਜੋੜ ਮੇਲੇ ਮਨਾਉਂਦੇ, ਫਿਰ ਸ਼ਰਮ ਚਾਹੀਦੀ ਹੈ ਸਾਨੂੰ, ਕੋਈ ਐਤਕੀ ਦੀਵਾਲੀ ਨਹੀਂ ਮਨਾਉਣੀ ਚਾਹੀਦੀ। ਮੈਂ ਪੰਥ ਨੂੰ ਬੇਨਤੀ ਕਰਦਾ, ਕਾਲੀ ਦੀਵਾਲੀ ਮਨਾਵੋ, ਜਿੰਨਾ ਚਿਰ ਹਿਸਾਬ ਕਿਤਾਬ ਨਹੀਂ ਦਰਸ਼ਨ ਦੋਸ਼ੀਆਂ ਨੂੰ ਪਰਚੇ ਦਰਜ ਨਹੀਂ ਕਰਦੇ, ਉਹਨਾਂ ਚਿਰ ਕੋਈ ਪੰਥ, ਹੁਣ ਪੰਥ ਅੱਗੇ ਪੁਕਾਰਾ, ਪੰਥ ਜੋ ਮਰਜ਼ੀ ਫੈਸਲਾ ਕਰ ਲਈ। ਅਜੈਬ ਸਿੰਘ 82 ਪਤਾ ਨਹੀਂ ਉਹ ਮੈਂਬਰ ਆ ਸ਼੍ਰੋਮਣੀ ਕਮੇਟੀ, ਉਹਦੇ ਐਸੇ ਵਰਡ ਜਿਹੜੇ ਸੁਣਨ ਯੋਗ ਨਹੀਂ, ਖੋਸੇ ਦੀ ਸਿੰਘਣੀ ਨੂੰ ਚਪੇੜਾ ਮਾਰੀਆਂ ਉਹਨੇ ਆਪ, ਅਤੇ ਜੇ ਮਨਜੀਤ ਸਿੰਘ ਝੁਬਾਲ ਨੇ ਪੁੱਛਿਆ ਅਤੇ ਗਾੜੀਓ ਕਹਿੰਦਾ ਇਹ ਇੱਥੇ ਛਣਕਣਾ ਰਹਿਣਾ ਹੀ ਆ,
ਚਪੇੜਾਂ ਮਾਰੀਆਂ ਅਜੈਬ ਸਿੰਘ ਬਿਆਸੀ ਨੇ। ਮੈਂ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਨਗਰੀ 'ਚ ਝੂਠ ਬੋਲਾਂ ਤੇ ਦੇਣਦਾਰ ਹਾਂ, ਤੇ ਇਹਨਾਂ ਦੀਆਂ ਗਾਲਾਂ, ਇਹਨਾਂ ਦੀ ਵੈਡਿੰਗ ਇਦਾਂ ਦੀ ਕਿ ਜਿਹੜੀ ਸੁਣਦੇ ਬਾਹਰੀ ਹੀ ਕਿ ਸੁਣਦੇ ਬਰਦਾਸ਼ਤ ਕਰਨ ਯੋਗ ਨਹੀਂ। ਪਰ ਮੇਰੀ ਕੌਮ ਨੂੰ ਬੇਨਤੀ ਕਰਦਾ ਵਾਂ, ਸਾਨੂੰ ਤਾਂ ਬਲ ਬਖਸ਼ਿਆ ਤੇ ਅਸੀਂ ਤਾਂ ਮੋਰਚਾ ਲਾ ਕੇ ਬਹਿ ਗਏ ਸੀ ਸਾਰੇ, ਪਰ ਹੁਣ ਅੱਜ ਫੈਸਲਾ ਸੰਗਤ ਕੀ ਕਰਦੀ ਹੈ ਉਹ ਅਗਲਾ ਪ੍ਰੋਗਰਾਮ ਸੰਗਤ ਨਾਲ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖਵੀਰ ਸਿੰਘ ਮਹਾਲਮ ਸੱਤ ਮੈਂਬਰ ਕਮੇਟੀ ਜਿਹੇ ਨਾਲ ਇੱਥੋਂ ਖਿੱਚ ਖਿੱਚ ਕੇ ਸਾਨੂੰ ਇੱਕ ਬੰਦੇ ਅਸੀਂ ਤਾਂ ਸੱਤ ਨਾਲ ਵਾਹਿਗੁਰੂ ਜਾਪ ਕਰ ਰਹੇ ਸੀ, ਇੱਕ ਇੱਕ ਬੰਦੇ ਨੂੰ ਖਿੱਚ ਕੇ ਪੰਜਾਹ ਬੰਦੇ ਲੈ ਗਏ ਨੇ ਅੰਦਰ ਜਾ ਕੇ, ਇੱਥੋਂ ਡਾਂਗਾਂ ਨਾਲ ਕੁੱਟਣ ਲੱਗ ਗਏ, ਖਸੀਟ ਖਸੀਟ ਕੇ ਇੱਥੋਂ ਪੌੜੀਆਂ ਤੋਂ ਖਿੱਚ ਖਿੱਚ ਕੇ ਗਏ ਨੇ, ਅਤੇ ਸਿਰ ਦੇ ਵਿੱਚ ਲਾ ਕੇ ਸਿੰਘਾਂ ਨੇ ਛਿੱਤਰ ਮਾਰੇ ਆ, ਇਹਨਾਂ ਨੇ ਪੱਗਾਂ ਲਾ ਕੇ ਸਾਡੇ ਮਾਰੇ ਆ, ਆਹ ਬਾਂਹ ਵੀ ਤੋੜੀ ਆ, ਪਤਾ ਨਹੀਂ ਕਿੱਥੇ ਸੱਟਾਂ ਮਾਰੀਆਂ ਨੇ। ਅਤੇ ਇਹਨਾਂ ਤੋਂ ਸਾਰਿਆਂ ਤੋਂ ਮੈਂ ਤਾਂ ਕਹੂੰਗਾ ਖਾਲਸਾ ਪੰਥ ਹੁਣ ਭਾਈ ਸਾਹਿਬ ਨੇ ਪਹਿਲਾਂ ਬੋਲਤਾ ਹੈ, ਆਹ ਅਸੀਂ ਤਾਂ ਜੋ ਕਰਨਾ ਸੀ ਕਰਤਾ ਹੈ, ਹੁਣ ਖਾਲਸਾ ਪੰਥ ਜਾਗੇ ਅਤੇ ਇਹਨਾਂ ਕਿਹੜੇ ਨਰਾਇਣੂ ਦੀ ਲਾਦ ਨੂੰ ਇੱਥੇ ਗੁਰੂ ਘਰਾਂ 'ਚ ਬਾਹਰ ਕੱਢੇ, ਅਤੇ ਇੱਥੇ ਕਿਹੜੇ 328 ਸਰੂਪ ਦੇ ਪਹਿਲਾਂ ਪਰਚੇ ਦਰਜ ਹੋਣੇ ਚਾਹੀਦੇ, ਕਿਹੜਾ ਸਾਡਾ ਮੰਗ ਸੀ, ਅਸੀਂ ਮਰ ਜਾਈਏ ਸ਼ਹੀਦ ਹੋਈਏ, ਅਸੀਂ ਤਾਂ ਸਾਨੂੰ ਗੋਲੀਆਂ ਮਾਰੋ, ਅੰਦਰ ਵੀ ਕਹਿੰਦੇ ਰਹੇ ਹਾਂ, ਉੱਥੇ ਮੈਂ ਬੋਲਿਆ ਅੰਦਰ ਹੀ ਬੋਲਦਾ ਰਿਹਾ, ਫਿਰ ਵੱਖਰੇ ਕਮਰੇ 'ਚ ਜਾ ਕੇ ਮੈਨੂੰ ਤਾਂ ਖੋਸੇ ਨੇ ਕੁੱਟਿਆ, ਭਾਈ ਸਾਹਿਬ ਨੂੰ ਲਿਆ ਕੇ ਫਿਰ ਲੈ ਕੇ ਖਿੱਚ ਕੇ ਲੈ ਗਏ ਉੱਥੋਂ ਕਮਰੇ 'ਚ ਪਹਿ ਨੂੰ ਸਾਨੂੰ, ਤੀਜੇ ਕਮਰੇ 'ਚ ਜਾ ਕੇ ਫਿਰ ਕੁੱਟ ਕੁੱਟ ਕੇ ਨਾ ਮਰੀਜ਼ਾਂ ਲਾਈਆਂ ਨੇ ਆਪਦੀਆਂ, ਧੰਦਾ ਸੀ ਇਹ। ਪਹਿਲਾਂ ਸਵੇਰੇ ਸੁਖਜੀਤ ਸਿੰਘ ਖੋਸਾ ਨਾਲ ਉਹਨਾਂ ਨਾਲ ਬੇਅਦਬੀ ਕੀਤੀ ਗਈ ਸੀ, ਉਹਨਾਂ ਦਾ ਪੱਗ ਲਾਈ ਗਈ ਸੀ, ਉਸ ਤੋਂ ਬਾਅਦ ਜੋ ਹੋਇਆ ਦੁਪਹਿਰੇ ਟਕਰਾਅ ਹੋਇਆ SGPC ਟਾਸਕ ਫੋਰਸ ਅਤੇ ਸਤਿਕਾਰ ਕਮੇਟੀ ਔਰ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਬੀਤੇ 40 ਦਿਨਾਂ ਤੋਂ ਇੱਥੇ ਮੋਰਚਾ ਲਗਾ ਕੇ ਬੈਠੀਆਂ ਸੀਗੀਆਂ, ਕਿਉਂਕਿ ਉਹਨਾਂ ਦੀ ਇੱਕੋ ਹੀ ਮੰਗ ਹੈ, ਜਿਹੜੇ 328 ਸਰੂਪ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਨੇ ਉਹ ਗਾਇਬ ਹੋਏ ਨੇ, ਉਹਨਾਂ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰੋਪੀਆਂ ਦੇ ਖਿਲਾਫ਼ ਜਿਹੜੇ ਅਧਿਕਾਰੀ ਨੇ ਔਰ ਕਰਮਚਾਰੀ ਨੇ ਉਹਨਾਂ ਦੇ ਖਿਲਾਫ਼ FIR ਦਰਜ ਕਰਾਵੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਧਾਰਮਿਕ ਸਜ਼ਾ ਜਿਹੜੀ ਹੈ ਉਹ ਲਗਾਈ ਗਈ ਸੀ, ਅਤੇ ਉਸ ਤੋਂ ਬਾਅਦ ਲਗਾਤਾਰ ਇਹ ਜਥੇਬੰਦੀਆਂ ਇੱਥੇ ਬੈਠੀਆਂ ਹੋਈਆਂ ਮੋਰਚਾ ਲਗਾ ਕੇ, ਔਰ ਅੱਜ ਇੱਕ ਵਾਰ ਫਿਰ ਟਕਰਾਅ ਹੋਇਆ SGPC ਟਾਸਕ ਫੋਰਸ ਅਤੇ ਇਹਨਾਂ ਜਥੇਬੰਦੀਆਂ ਦੇ ਵਿਚਾਲੇ, ਔਰ ਵਿੱਚ ਦੋਵਾਂ ਧਿਰਾਂ ਦੇ ਦੱਸੇ ਜਾ ਰਿਹਾ ਲੋਕ ਜ਼ਖਮੀ ਹੋਏ ਨੇ। ਪਰ ਇਹਨਾਂ ਨੇ ਇਹੀ ਮੰਗ ਕੀਤੀ ਹੈ ਵੀ ਉਹ ਆਪਣੀ ਮੰਗ 'ਤੇ ਅਡਿਗ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦੇ ਬਾਰੇ ਵਿੱਚ ਦੋਸ਼ੀਆਂ ਦੇ ਖਿਲਾਫ਼ FIR ਦਰਜ ਨਹੀਂ ਕਰਵਾਉਂਦੀ, ਤਾਂ ਉਹਨਾਂ ਤੱਕ ਉਹਨਾਂ ਦਾ ਮੋਰਚਾ ਜਿਹੜਾ ਉਹ ਜਾਰੀ ਰਹੇਗਾ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸੀਚਾ, ਦੈਨਿਕ ਸਵੇਰਾ TV, ਅੰਮ੍ਰਿਤਸਰ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran, satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed mobile 84374 94647 84374 94648।